ਲੁਧਿਆਣੇ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਨਾਕੇ ਦੌਰਾਨ ਪੈਸੇ ਲਏ ਜਾਣ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਪੁਲਿਸ ਵਿਭਾਗ ਤੇ ਕੋਈ ਫਰਕ ਨਹੀਂ ਪਿਆ ਤੇ ਅੱਜ ਵੀ ਖਾਸ ਕਰਕੇ ਟ੍ਰੈਫਿਕ ਪੁਲਿਸ ਵਾਲੇ ਥਾਂ ਥਾਂ ਨਾਕੇ ਲਗਾ ਕੇ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਜੇਬਾਂ ਗਰਮ ਕਰਕੇ ਛੱਡਣ ਤੋਂ ਪਰਹੇਜ਼ ਨਹੀਂ ਕਰਦੇ। ਹੁਣ ਇੱਕ ਅਜਿਹਾ ਹੀ ਮਾਮਲਾ ਜਲੰਧਰ ਟ੍ਰੈਫਿਕ ਪੁਲਿਸ ਦਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਪਹਿਲਾਂ ਲੁਧਿਆਣੇ ਦੇ ਇੱਕ ਚੌਂਕ ਵਿੱਚ ਇੱਕ NGO ਦੇ ਆਗੂ ਕੋਲੋਂ ਇੱਕ ਟ੍ਰੈਫਿਕ ਪੁਲਿਸ ਵਾਲੇ ਨੇ ਨਾਕੇ ਦੌਰਾਨ ਤੰਗ ਪਰੇਸ਼ਾਨ ਕਰਕੇ 500 ਰੁਪਏ ਲੈ ਲਏ ਸੀ, ਜਿਸ ਦਾ ਉਸ ਦੇ ਨਾਲ ਹੀ ਬੈਠੇ ਸਾਥੀ ਨੇ ਆਪਣੇ ਮੋਬਾਈਲ ਕੈਮਰੇ ਨਾਲ ਫਿਲਮ ਬਣਾ ਲਈ ਸੀ। ਇਸ ਤੋਂ ਬਾਅਦ ਇਹ ਮਾਮਲਾ ਉਸ ਨਾਕੇ 'ਤੇ ਮੌਜੂਦ ਇੱਕ ਇੰਸਪੈਕਟਰ ਦੇ ਸਾਹਮਣੇ ਲਿਆਉਣ ਤੋਂ ਬਾਅਦ ਉਸ ਇੰਸਪੈਕਟਰ ਨੇ ਥੋੜ੍ਹੀ ਲਿਪਾ ਪੋਚੀ ਕਰਦੇ ਹੋਏ NGO ਅਧਿਕਾਰੀ ਨੂੰ ਸਲੂਟ ਮਰਵਾ ਕੇ ਸੌਰੀ ਕਹਿਲਵਾ ਕੇ ਛੱਡ ਦਿੱਤਾ ਸੀ। ਉਸ ਤੋਂ ਬਾਅਦ ਲੁਧਿਆਣੇ ਦੇ ਹੀ ਇੱਕ ਹੋਰ ਚੌਂਕ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਨਾਕੇ ਦੌਰਾਨ ਇੱਕ ਸਕੂਟਰ ਚਾਲਕ ਨੂੰ ਘੇਰ ਕੇ ਪਹਿਲਾਂ ਤੰਗ ਪਰੇਸ਼ਾਨ ਕੀਤਾ ਅਤੇ ਫਿਰ ਉਸ ਨੂੰ ਸਿਰਫ 300 ਰੁਪਏ ਲੈ ਕੇ ਛੱਡ ਦਿੱਤਾ। ਜਦ ਇਹ ਮਾਮਲਾ ਉਸ ਸਕੂਟਰ ਸਵਾਰ ਨੇ ਆਪਣੇ ਇੱਕ ਪੱਤਰਕਾਰ ਸਾਥੀ ਦੇ ਧਿਆਨ ਹਿੱਤ ਲਿਆਂਦਾ ਤਾਂ ਪੱਤਰਕਾਰ ਨੇ ਉਸ ਪੁਲਿਸ ਅਧਿਕਾਰੀ ਦੀ ਖੂਬ ਖੁੰਭ ਟੱਪੀ ਤੇ ਫਿਰ ਉਸ ਪੁਲਿਸ ਅਧਿਕਾਰੀ ਵੱਲੋਂ ਵਾਰ ਵਾਰ ਪਹਿਲਾਂ ਲੈ 300 ਰੁਪਏ ਵਾਪਸ ਕਰ ਰਿਹਾ ਸੀ ਤੇ ਨਾਲ ਹੀ ਉਸ ਪੱਤਰਕਾਰ ਨੂੰ ਠੰਡਾ ਕਰਨ ਲਈ ਮਿੰਨਤਾਂ ਵੀ ਕਰ ਰਿਹਾ ਸੀ। ਤੇ ਹੁਣ ਮਾਮਲਾ ਜਲੰਧਰ ਦੇ ਬੱਸ ਸਟੈਂਡ ਸਾਹਮਣੇ ਲੱਗੇ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਸਾਹਮਣੇ ਆਇਆ ਹੈ।
ਜੋ ਕਿ ਨਾਕੇ ਤੋਂ ਕਾਫੀ ਦੂਰ ਦੁਆਬਾ ਮਾਰਕੀਟ ਦੇ ਸਾਹਮਣੇ ਜਾ ਕੇ ਇਕੱਲਾ ਹੀ ਵਾਹਨ ਘੇਰ ਕੇ ਦਸਤਾਵੇਜ਼ ਚੈੱਕ ਕਰਨ ਦੇ ਬਹਾਨੇ ਇੱਕ ਦੂਜੇ ਜ਼ਿਲ੍ਹੇ ਦੀ ਕਾਰ ਦੇ ਚਾਲਕ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਫਿਰ ਉਸ ਕੋਲੋਂ ਸ਼ਰੇਆਮ ਹੀ ਜੇਬ ਗਰਮ ਕਰਵਾ ਕੇ ਉਸਨੂੰ ਰਸਤਾ ਦਿਖਾ ਕੇ ਟਹਿਲਦਾ ਹੋਇਆ ਵਾਪਿਸ ਬੱਸ ਸਟੈਂਡ ਦੇ ਸਾਹਮਣੇ ਲੱਗੇ ਨਾਕੇ ਵੱਲ ਚਲਾ ਜਾਂਦਾ ਹੈ। ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। ਯੂਟਿਊਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਅਦਾਰਾ ਤਹਿਲਕਾ ਪੰਜਾਬ ਅਤੇ ਪਬਲਿਕ ਪੁਲਿਸ ਮੋਨੀਟਰ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ, ਦੁਆਬਾ ਮਾਰਕੀਟ, ਸੈਕਿੰਡ ਫਲੋਰ, ਓਪੋਜ਼ਿਟ ਬੱਸ ਸਟੈਂਡ, ਜਲੰਧਰ।